ਪਿਆਰੇ ਵਿਦਿਆਰਥੀਓ ਦਸੰਬਰ 2022 ਦੇ ਪੇਪਰ ਖਤਮ ਹੋ ਚੁੱਕੇ ਹਨ ਜਿਹੜੇ ਵਿਦਿਆਰਥੀਆਂ ਨੇ ਮਈ 2022 ਵਿੱਚ ਸੈਮੈਸਟਰ ਦੂਜੇ ਚੌਥੇ ਅਤੇ ਛੇਵੇਂ ਦੇ ਪੇਪਰ ਦਿੱਤੇ ਹਨ ਉਹਨਾਂ ਦੇ ਰਿਜ਼ਲਟ ਨਿਕਲ ਚੁੱਕੇ ਹਨ ਤੇ ਜਿਨ੍ਹਾਂ ਦੇ ਰਿਜ਼ਲਟ ਨਹੀਂ ਨਿਕਲੇ ਉਹ ਲਗਭਗ ਤਿਆਰ ਹਨ ਅਤੇ 20 ਫਰਵਰੀ 2023 ਤੋਂ ਪਹਿਲਾ ਪਹਿਲਾ ਸਾਈਟ ਤੇ ਪਾ ਦਿੱਤੇ ਜਾਣਗੇ ਮਈ 2022 ਦੇ ਰਿਜ਼ਲਟਾਂ ਸੰਬੰਧੀ ਜਿੰਨਾ ਵਿਦਿਆਰਥੀਆਂ ਨੇ ਰੀਵੈਲਿਊਏਸ਼ਨ ਦੇ ਫਾਰਮ ਭਰੇ ਹੋਏ ਸਨ ਉਹਨਾਂ ਦੇ ਰਿਜ਼ਲਟ ਲਗਭਗ ਸਾਰੇ ਆ ਚੁੱਕੇ ਹਨ ਤੇ ਵਿਦਿਆਰਥੀ ਯੂਨੀਵਰਸਿਟੀ ਜਾ ਕੇ ਆਪਣਾ ਰਿਜ਼ਲਟ ਪਤਾ ਕਰ ਸਕਦੇ ਹਨ ਕਿਉਂਕਿ ਰੀਵੈਲਿਊਏਸ਼ਨ ਦਾ ਰਿਜ਼ਲਟ ਆਨਲਾਈਨ ਸਾਈਟ ਤੇ ਨਹੀਂ ਪਾਇਆ ਜਾਂਦਾ ਜਿਹੜੇ ਵਿਦਿਆਰਥੀ ਰੀਵੈਲਿਊਏਸ਼ਨ ਵਿੱਚ ਪਾਸ ਹੁੰਦੇ ਹਨ ਉਹਨਾਂ ਦਾ ਡੀਐਮਸੀ ਬਣ ਕੇ ਉਹਨਾਂ ਦੇ ਕਾਲਜ ਵਿੱਚ ਚਲਾ ਜਾਂਦਾ ਹੈ ਜਿਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਇਸ ਲਈ ਵਿਦਿਆਰਥੀਆਂ ਨੂੰ ਹਦਾਇਤ ਹੈ ਕਿ ਉਹ ਯੂਨੀਵਰਸਿਟੀ ਜਾ ਕੇ ਆਪਣਾ ਰੀਵੈਲਿਊਏਸ਼ਨ ਦਾ ਰਿਜ਼ਲਟ ਪਤਾ ਕਰਨ ਜੇਕਰ ਵਿਦਿਆਰਥੀ ਰੀਵੈਲਿਊਏਸ਼ਨ ਵਿੱਚੋਂ ਫੇਲ ਹਨ ਤਾਂ ਉਹ ਆਪਣਾ ਰੀਪੇਅਰ ਦਾ ਫਾਰਮ ਭਰ ਦੇਣ ਕਿਉਂਕਿ ਰੀਪੇਅਰ ਦੀ ਬਿਨਾਂ ਲੇਟ ਫੀਸ ਆਖਰੀ ਮਿਤੀ 28 ਫਰਵਰੀ 2023 ਹੈ ਮਈ 2022 ਦੇ ਬਾਕੀ ਰਿਜ਼ਲਟ ਵੀ ਜਲਦੀ ਹੀ ਸਾਈਟ ਤੇ ਪਾ ਦਿੱਤੇ ਜਾਣਗੇ ਤਾਂ ਕਿ ਜਿਹੜੇ ਵਿਦਿਆਰਥੀ ਆਪਣਾ ਪੇਪਰ ਪਾਸ ਨਹੀਂ ਕਰ ਸਕੇ ਉਹ ਰਿਪੇਅਰ ਦਾ ਫਾਰਮ ਭਰ ਸਕਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ